ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਆਫੀਸ਼ੀਅਲ YouTube ਚੈਨਲ Meet Academy ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਰਿਕਰੂਟਮੈਂਟ ਲੈ ਕੇ ਆਇਆ ਜਿਹੜੀ ਕਿ 9800 ਦੇ ਨੇਅਰ ਬਹੁਤ ਵੈਕੈਂਸੀਜ਼ ਐ ਇੱਕ ਹੀ ਡਿਪਾਰਟਮੈਂਟ ਦੇ ਵਿੱਚ ਆਊਟ ਕੀਤੀਆਂ ਜਾ ਚੁੱਕੀਆਂ ਆ ਤੇ ਅਪਲਾਈ ਕਰਨਾ ਵੀ ਸ਼ੁਰੂ ਹੋ ਚੁੱਕਿਆ ਆ ਸੋ ਕਿਵੇਂ ਤੁਸੀਂ ਅਪਲਾਈ ਕਰਨਾ ਕਿਆ-ਕਿਆ ਐਲੀਜੀਬਿਲਟੀ ਕਰਟੇਰੀਆ ਇਹਦੇ ਵਿੱਚ ਰਹਿਣ ਵਾਲਾ ਆ ਸਾਰਾ ਆਪਾਂ ਬਰੀਫ ਚ ਡਿਸਕਸ ਕਰਾਂਗੇ ਵੀਡੀਓ ਨੂੰ ਕੰਪਲੀਟ ਜ਼ਰੂਰ ਵੇਖਿਓ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਵੇ ਆਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਦੇ ਨਾਲ ਤੇ ਉਹਦੇ ਨਾਲ-ਨਾਲ ਸੈਂਟਰ ਦੀ ਜਿਹੜੀ ਵੀ ਵੈਕੈਂਸੀਜ਼ ਆndੀਆਂ ਨੇ ਜਿਦੇ ਵਾਸਤੇ ਪੰਜਾਬ ਕੈਂਡੀਡੇਟ ਅਪਲਾਈ ਕਰ ਸਕਦੇ ਨੇ ਐਂਡ ਜੌਬ ਲੋਕੇਸ਼ਨ ਪੰਜਾਬ ਵੀ ਹੁੰਦੀ ਆ ਉਹ ਵੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਹੀ ਦੱਸ ਦਿਆਂ ਵੀਡੀਓ ਨੂੰ ਕੰਪਲੀਟ ਜ਼ਰੂਰ ਵੇਖਿਓ ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਹਰ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਇਹਨਾਂ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇਗਾ ਜਤ ਵੀ ਮੈਂ ਤੁਹਾਡੇ ਵਾਸਤੇ ਕੋਈ ਨ ਪੰਜਾਬ ਦੇ ਵਿੱਚ ਤਿੰਨ ਤੋਂ ਚਾਰ ਵਿਭਾਗਾ ਦੇ ਨੋਟੀਫਿਕੇਸ਼ਨ ਆਲਰੇਡੀ ਰਿਲੀਜ਼ ਕਰ ਦਿੱਤੇ ਗਏ ਆ ਆਈ ਹੋਪ ਤੁਸੀਂ ਉਹ ਵੈਕੈਂਸੀਸ ਲਈ ਜੇ ਐਲੀਜੀਬਲ ਹੈ ਅਪਲਾਈ ਵੀ ਜ਼ਰੂਰ ਕਰ ਲਿਤਾ ਹੋਊਗਾ ਹੁਣ ਆਪਾਂ ਗੱਲ ਕਰਦੇ ਆ ਰਿਕਰੂਟਮੈਂਟ ਦੀ ਕਿਵੇਂ ਅਪਲਾਈ ਕਰਨਾ ਕੀ ਕੀ ਐਲੀਜੀਬਿਲਿਟੀ ਰਹਿਣਾ ਲੀਆ ਤੇ ਕੌਣ ਇਹਦੇ ਚ ਕੱਤੋਂ ਕੱਤ ਤੱਕ ਜਿਹੜਾ ਅਪਲਾਈ ਕਰ ਸਕਦਾ ਆ ਬਾਕੀ ਇਸ ਰਿਕਰੂਟਮੈਂਟ ਤੋਂ ਇਲਾਵਾ ਇੱਕ ਐਨਵਾਈਕੀ ਐਸਾ ਨੋਟੀਫਿਕੇਸ਼ਨ ਵੀ ਆ ਚੁੱਕਿਆ ਹੈ ਉਹਦੇ ਵਾਸਤੇ ਵੀ ਪੰਜਾਬ ਦੇ ਲਈ ਵੀ ਵੈਕੈਂਸੀਸ ਹੈ ਪਾਰਟ ਟਾਈਮ ਵੈਕੈਂਸੀਸ ਹੈ ਗਵਰਨਮੈਂਟ ਦੇ ਅੰਡਰ ਹੀ ਉਹ ਵੈਕੈਂਸੀਸ ਨੂੰ ਆਊਟ ਕੀਤਾ ਗਿਆ ਹੈ 13000 ਦੇ ਕਰੀਬ ਵੈਕੈਂ ਉਹ ਮੈਂ ਤੁਹਾਨੂੰ ਉੱਪਰ ਆਈ ਬਟਨ ਤੇ ਲਿੰਕ ਦੇ ਰਹੀ ਹਾਂ ਆਈ ਬਟਨ ਤੇ ਤੁਸੀਂ ਕਲਿੱਕ ਕਰੋਗੇ ਤੁਹਾਨੂੰ ਲਿੰਕ ਮਿਲ ਜੇਗਾ ਵੀਡੀਓ ਤਾਂ ਉਹਨੂੰ ਚੈੱਕ ਕਰਕੇ ਉਹਦੇ ਵਾਸਤੇ ਵੀ ਤੁਸੀਂ ਜ਼ਰੂਰ ਅਪਲਾਈ ਕਰ ਲਿਓ ਬਾਕੀ ਕਿਸੇ ਵੀ ਜੌਬ ਦੀ ਤੁਸੀਂ ਤਿਆਰੀ ਕਰਦੇ ਪਈਓ ਉਹਦੇ ਵਾਸਤੇ ਬੈਸਟ ਸਟੱਡੀ ਮਟੀਰੀਅਲ ਤੁਸੀਂ ਪੀਡੀਐਫ ਫਾਰਮੈਟ ਦੇ ਵਿੱਚ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਜਾ ਕੇ ਡਾਊਨਲੋਡ ਕਰ ਸਕਦੇ ਆ ਬਹੁਤ ਹੀ ਵੈਲਿਊਏਬਲ ਬੁੱਕਸ ਐ ਉੱਥੇ ਜਾ ਕੇ ਡਾਊਨਲੋਡ ਕਰ ਲੈ ਸਕਦੇ ਆ ਸਾਨੂੰ ਫੀਡਬੈਕ ਵੀ ਉਹਦੇ ਆ ਰਿਹਾ ਕਿ ਬਹੁਤ ਹੀ ਵਧੀਆ ਬੁੱਕਸ ਐ ਔਰ ਉਹਦੇ ਵਿੱਚ ਕੋਸ਼ਿਸ਼ ਕਾਫੀ ਆ ਰਹੀ ਨੇ ਐਗਜ਼ਾਮਸ ਦੇ ਵਿੱਚ ਤਾਂ ਚਲੋ ਆਪਾਂ ਹੁਣ ਜੇ ਸਾਈਟ ਦੇ ਉੱਤੇ ਉੱਥੇ ਜਾ ਕੇ ਮੈਂ ਤੁਹਾਨੂੰ ਦੱਸਦੀ ਆ ਕਿ ਕਿੱਦਾਂ ਅਪਲਾਈ ਕਰਨਾ ਹੈ ਕੀ ਕੀ ਇਹਨਾਂ ਵੈਕੈਂਸੀਸ ਵਾਸਤੇ ਇਹ ਵਾਸਤੇ ਇਲੀਜੀਬਿਲਟੀ ਰਹਿਣ ਵਾਲੀ ਕਿੱਦਾਂ ਤੁਸੀਂ ਅਪਲਾਈ ਕਰ ਲੈਣਾ ਹੈ ਚਲਦੇ ਆਪਾਂ ਆਪਣੀ ਆਫਿਸ ਦੇ ਸਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਆਪਾਂ ਆਪਣੀ ਆਫਿਸ ਦੇ ਸਾਈਡ ਦੇ ਉੱਤੇ ਆ ਚੁੱਕੇ ਹਾਂ ਇਹਦੇ ਵਿੱਚ 9800 ਦੇ ਕਰੀਬ ਵੈਕੈਂਸੀਜ਼ ਹੈ ਜਿਦੇ ਵਿੱਚ 1100 ਪਲੱਸ ਵੈਕੈਂਸੀ ਸਿਰਫ ਪੰਜਾਬ ਵਾਸਤੇ ਹੈ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੁਹਾਨੂੰ ਮੈਂ ਸਟੈਪ ਬਾਈ ਸਟੈਪ ਦੱਸਾਂਗੀ ਇਹ ਵੀ ਦੱਸਾਂਗੀ ਸਿਲੈਕਸ਼ਨ ਕਿੱਦਾਂ ਹੋਣੀ ਆ ਤੁਹਾਡੀ ਇਹਦੇ ਵਿੱਚ ਜਿਹੜਾ ਕਿ ਅਹਿਮ ਪਾਰਟ ਹੈ ਇਸ ਵੀਡੀਓ ਦਾ ਤਾਂ ਤੁਸੀਂ ਕੰਪਲੀਟ ਜ਼ਰੂਰ ਦੇਖਿਓ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵੱਲੋਂ ਪੰਜਾਬ ਵਾਸਤੇ ਜਿਹੜੀਆਂ ਵੈਕੈਂਸੀਜ਼ ਨੇ ਉਹ ਹੈਗੀਆਂ ਮੋਰ ਥੈਨ 1000 ਵੈਕੈਂਸੀਸ ਹੈ ਆਨਲਾਈਨ ਤੁਸੀਂ ਇਹਦੇ ਵਾਸਤੇ ਅਪਲਾਈ ਕਰਨਾ ਇਹ ਵੈਕੈਂਸੀਸ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ ਔਰ ਜੌਬ ਲੋਕੇਸ਼ਨ ਜਿੱਦਾ ਮੈਂ ਤੁਹਾਨੂੰ ਦੱਸਿਆ ਪੰਜਾਬ ਦੇ ਲਈ ਪੰਜਾਬ ਹੈ ਚੰਡੀਗੜ੍ਹ ਲਈ ਚੰਡੀਗੜ੍ਹ ਹੈ ਔਰ ਬਹੁਤ ਹੀ ਵਧੀਆ ਓਪਰਚ्युनिटी ਹੈ ਨੈਕਸਟ ਆਪਾਂ ਗੱਲ ਕਰਦੇ ਇਹਦੇ ਵਿੱਚ ਸੈਲਰੀ ਕੀ ਰਹਿਣ ਵਾਲੀ ਆ ਇਹਦੇ ਵਿੱਚ ਤੁਹਾਡੀ ਸਟਾਰਟਿੰਗ ਸੈਲਰੀ ਏਰੀਆ 2200 ਪਲੱਸ ਤੁਹਾਡਾ 1800 ਗ੍ਰੇਡ 'ਤੇ ਰਹਿਣ ਵਾਲਿਆ ਬਹੁਤ ਹੀ ਵਧੀਆ ਓਪਰਚੁਨਿਟੀ ਆ ਚੁੱਕੀ ਹੈ ਇਹ ਵੈਕੈਂਸੀਜ਼ ਜਿਹੜੀਆਂ ਵਾ ਪਹਿਲਾਂ 2020 ਮਾਰਚ ਦੇ ਵਿੱਚ ਆਈਆਂ ਸੀਗੀਆਂ ਲੇਕਿਨ ਅਪਲਾਈ ਨਹੀਂ ਸੀ ਹੋ ਸਕਿਆ ਤਾਂ ਉਸ ਕਰਕੇ ਕੈਨਸਲ ਹੋ ਗਿਆ ਸੀਗੀਆਂ ਇਸ ਵਾਰ ਇਵਨ ਨਵੀਆਂ ਵੈਕੈਂਸੀਜ਼ ਆ ਨਹੀਂ ਆ ਸਈਆ ਲੇਕਿਨ ਇਨਾਂ ਨੇ ਉਹੀ ਵੈਕੈਂਸੀਜ਼ ਹੁਣ ਕੱਟੀਆਂ ਵਾਂ ਜਿਹਦੀ ਆਖਰੀ ਤਰੀਕ ਅਪਲਾਈ ਕਰਨ ਦੀ 21 ਮਾਰਚ 2021 ਆ ਬਹੁਤ ਵਧੀਆ ਮੌਕਾ ਆ ਚੁੱਕਿਆ ਆ ਇਹਦੇ ਵਾਸਤੇ ਤੁਸੀਂ ਆ ਦੇਖ ਸਕਦੇ ਇਹ ਵਾਲਾ ਲਿੰਕ ਬਹੁਤ ਇੰਪੋਰਟੈਂਟ ਹੈ ਇੱਥੇ ਤੁਸੀਂ ਕਲਿੱਕ ਕਰਕੇ ਲੇਟੈਸਟ ਜਿਹੜੀਆਂ ਵੈਕੈਂਸੀਜ਼ ਆਈਆਂ ਹੋਈਆਂ ਨੇ ਇਸ ਤੋਂ ਇਲਾਵਾ ਉਹਨਾਂ ਨੂੰ ਇੱਥੇ ਕਲਿੱਕ ਕਰਕੇ ਚੈੱਕ ਕਰ ਸਕਦੇ ਆ ਆਪਣੀ ਕੁਆਲਿਫੀਕੇਸ਼ਨ ਦੇ ਅਕੋਰਡਿੰਗ ਦੇ ਜੇ ਵੀ ਤੁਹਾਡੀ ਕੁਆਲਿਫੀਕੇਸ਼ਨ ਆ ਉਹਦੇ ਅਕੋਰਡਿੰਗ ਦੇ ਇੱਥੇ ਕਲਿੱਕ ਕਰਕੇ ਵੈਕੈਂਸੀ ਚੈੱਕ ਕਰ ਸਕਦੇ ਆ ਤੇ ਜਿਹੜੀ ਵੈਕੈਂਸੀਸ ਆਊਟ ਹੋਈਆਂ ਇਹਦੇ ਵਿੱਚ ਸਿਲੈਕਸ਼ਨ ਪ੍ਰੋਸੀਜਰ ਤੁਹਾਡਾ ਕੀ ਰੈਨਲ ਹੈ ਇਹ ਜੇ ਤੁਹਾਡਾ ਰਿਟਨ ਇਗਜ਼ਾਮ ਹੋਗਾ ਫੇਸ 1 ਐਂਡ ਫੇਸ 2 ਫਿਰ ਉਸ ਤੋਂ ਬਾਅਦ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਤੇ ਉਸੇ ਬੇਸਿਸ ਤੇ ਤੁਹਾਡੀ ਜਿਹੜੀ ਸਿਲੈਕਸ਼ਨ ਹੋਣ ਵਾਲੀ ਆ ਇਹ ਜਿਹੜੀਆਂ ਵੈਕੈਂਸੀਸ ਆਊਟ ਕੀਤੀਆਂ ਗਈਆਂ 10th ਪਾਸ ਅਪਲਾਈ ਕਰ ਸਕਦੇ ਆ 12th ਪਾਸ ਅਤੇ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਸਕਦੇ ਆ ਘੱਟੋ ਘੱਟ ਤੁਹਾਡੀ 10th ਪਾਸ ਐ 12th ਪਾਸ ਐ ਜਰੂਰ ਅਪਲਾਈ ਕਰ ਲੈਣਾ ਬਿਕਾਉਜ਼ 10th 12th ਦੇ ਮੇਰੇ ਕੋਲ ਬਹੁਤ ਸਾਰੇ ਕਮੈਂਟਸ ਆ ਰਹੇ ਸੀ ਕਿ ਸਾਡੇ ਲਈ ਵੈਕੈਂਸੀਸ ਨਹੀਂ ਆ ਰਹੀਆਂ ਤਾਂ ਉਹਨਾਂ ਵਾਸਤੇ ਬਹੁਤ ਹੀ ਵਧੀਆ ਓਪਰਚ्युनिटी ਆ ਚੁੱਕੀ ਹੈ ਜਰੂਰ ਤੁਸੀਂ ਇਹ ਵੈਕੈਂਸੀਸ ਵ ਪੁੱਛ ਜਦ ਹੀ ਗੱਲ ਕਰਦੇ ਪਏ ਆ ਸਭ ਤੋਂ ਪਹਿਲਾ ਫੇਜ਼ 1 ਦੇ ਵਿੱਚ ਮੈਂ ਤੁਹਾਨੂੰ ਦੱਸ ਦਾਂ ਨਹੀਂ ਇਹਦੇ ਵਿੱਚ ਤੁਹਾਡਾ ਕੀ ਇਗਜ਼ਾਮ ਹੋਣ ਵਾਲਾ ਆ ਇਹਦੇ ਵਿੱਚ ਤੁਹਾਨੂੰ 1 ਘੰਟਾ ਅਤੇ 30 ਮਿੰਟ ਦਿੱਤੇ ਜਾਣਗੇ ਜਿਹਦੇ ਵਿੱਚ ਤੁਹਾਨੂੰ ਜਿਹੜੇ ਆ 100 ਕੁਐਸਚਨ 100 ਮਾਰਕਸ ਦੇ ਰਹਿਣਗੇ ਠੀਕ ਹੈ 100 ਕੁਐਸ਼ਨ 100 ਮਾਰਕਸ ਦੇ ਰਹਿਣਗੇ ਹਰ ਇੱਕ ਕੁਐਸ਼ਨ ਜਿਹੜਾ ਆ 1 ਨੰਬਰ ਦਾ ਹੋਵੇਗਾ ਜਿਹਦੇ ਵਿੱਚੋਂ ਜਰਨਲ ਇੰਗਲਿਸ਼ ਦੇ 25 ਕੁਐਸ਼ਨ 25 ਮਾਰਕਸ ਦੇ ਹੋਣਗੇ ਇਸੇ ਤਰ੍ਹਾਂ ਜਰਨਲ ਇੰਟੈਲੀਜੈਂਸ ਅਤੇ ਰੀਜਨਿੰਗ ਦੇ ਜਿਹੜੇ ਆ 25 ਕੁਐਸ਼ਨ 25 ਮਾਰਕਸ ਦੇ ਰਹਿਣਗੇ ਤੇ ਨੰਮੈਰੀਕਲ ਐਪਟੀਟਿਊਡ ਦੇ 25 ਕੁਐਸ਼ਨ 25 ਮਾਰਕਸ ਦੇ ਜਨਰਲ ਅਵੇਅਰਨਸ ਦੇ ਵੀ ਸੇਮ ਜਿਹੜੇ ਆ 25 ਕੁਐਸ਼ਨ 25 ਮਾਰਕਸ ਦੇ ਰਹਿਣਗੇ ਜਿਹੜਾ ਐਗਜ਼ਾਮ ਦਾ ਮੀਡੀਅਮ ਹੋਊਗਾ ਉਹ ਇੰਗਲਿਸ਼ ਵੀ ਹੋਏਗਾ ਹਿੰਦੀ ਵੀ ਇਹਦੇ ਵਿੱਚ ਹੋਣ ਵਾਲਾ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਨੈਗੇਟ ਇਹ ਜੇ ਤੁਹਾਡੀ 1/4 ਦੀ ਜਿਹੜੀ ਆ ਉਹ 네ਗੇਟਿਵ ਮਾਰਕਿੰਗ ਹੋਣ ਵਾਲੀ ਹੈ ਯਾਨੀ ਕਿ 0.25 ਦੀ ਤਾਂ ਉਹਦੇ ਅਕੋਰਡਿੰਗ ਲਈ ਤੁਸੀਂ ਜਿਹੜਾ ਇਹਦੇ ਵਾਸਤੇ ਅਪਲਾਈ ਕਰਨਾ ਹੈ ਇਸ ਤੋਂ ਬਾਅਦ ਇੱਕ ਇੰਪੋਰਟੈਂਟ ਗੱਲ ਜਿਹੜਾ ਤੁਹਾਡਾ ਫੇਸ 2 ਦਾ ਐਗਜ਼ਾਮ ਹੈ ਉਹ ਕਿਹੜਾ ਹੋਏਗਾ ਉਹ ਵੀ ਜਾਨਣਾ ਇੰਪੋਰਟੈਂਟ ਹੈ ਜਿਹੜਾ ਉਹ ਤੁਹਾਡਾ ਹੋਊਗਾ ਡਿਸਕ੍ਰਿਪਟਿਵ ਟਾਈਪ ਰਹੇਗਾ ਜਿਹਦੇ ਵਿੱਚ ਸ਼ਾਰਟ ਐਸੇ ਜਾਂ ਲੈਟਰ ਜਿਹੜਾ ਤੁਸੀਂ ਕਿਸੇ ਵੀ ਲੈਂਗੁਏਜ ਦੇ ਵਿੱਚ ਉਹਨੂੰ ਐਕਸਪਲੇਨ ਕਰਨਾ ਹੈ ਜਿਹੜਾ ਕਿ 8th ਕਲਾਸ ਦੇ ਸਟੈਂਡਰਡ ਦੇ ਅਕੋਰਡਿੰਗਲੀ ਤੁਹਾਨੂੰ ਦਿੱਤਾ ਜਾਊਗਾ 50 ਨੰਬਰ ਦਾ ਹੋਊਗਾ 3 ਮਿੰਟ ਤੁਹਾਨੂੰ ਦਿੱਤੇ ਜਾਣਗੇ ਇਹਦੇ ਵਾਸਤੇ ਕਿ ਤੁਸੀਂ ਕਿਸੇ ਵੀ ਲੈਂਗੁਏਜ ਦੇ ਵਿੱਚ ਉਹਨੂੰ ਜਿਹੜਾ ਐਕਸਪਲੇਨ ਕਰ ਸਕਦੇ ਆ ਬਹੁਤ ਵਧੀਆ ਓਪਰਚ्युनिटी ਆ ਚੁੱਕੀ ਹੈ ਤੇ ਜਿਹੜਾ ਪੇਪਰ 2 ਆ ਉਹਦੇ ਵਿੱਚ ਤੁਹਾਡੇ ਜਿਹੜੇ ਆ 40% ਨੰਬਰ ਲੈਣੇ ਜ਼ਰੂਰੀ ਆ ਰਿਜ਼ਰਵਡ ਵਾਸਤੇ 35% ਉਸ ਤੋਂ ਬਾਅਦ ਗੱਲ ਕਰਦੇ ਆ ਐਪਲੀਕੇਸ਼ਨ ਫੀ ਦੀ ਇਹਦੇ ਵਿੱਚ ਜੇ ਤੁਸੀਂ ਬਿਲੋਂਗ ਕਰਦੇ ਆ ਜਨਰਲ OBC ਕੈਟਾਗਰੀ ਤੇ ਤੇ ਤੁਸੀਂ ਮੇਲ ਕੈਂਡੀਡੇਟ ਆ ਤੁਹਾਡੇ ਵਾਸਤੇ 100 ਰੁਪਏ ਐਪਲੀਕੇਸ਼ਨ ਦੀ ਫੀ ਹੈ ਫੀਮੇਲ ਕੈਂਡੀਡੇਟ ਕਿਸੇ ਵੀ ਕੈਟਾਗਰੀ ਦੀ ਹੈ ਜਰਨਲ OBC SC ST ਕਿਸੇ ਵੀ ਕੈਟਾਗਰੀ ਦੀ ਉਹਨਾਂ ਦੀ ਕੋਈ ਫੀ ਨਹੀਂ ਹੁੰਦੀ ਐ SSC ਦੇ ਵਿੱਚ ਤੇ ਇਹਦੇ ਵਿੱਚ SC ST ਦੇ ਕੈਂਡੀਡੇਟ ਚਾਹੇ ਮੇਲ ਹੈ ਫੀਮੇਲ ਹੈ ਉਹਨਾਂ ਵਾਸਤੇ ਵੀ ਕੋਈ ਫੀ ਨਹੀਂ ਹੁੰਦੀ ਉਮਰ ਹੱਦ ਦੀ ਗੱਲ ਕਰੀਏ 18 ਤੋਂ 25 18 ਤੋਂ 27 ਜਿਹੜੀ ਹੁੰਦੀ ਹੈ ਇਹ ਹੈਗੀ ਹੈ ਜਰਨਲ OBC ਵਾਸਤੇ ਤੁਸੀਂ ਅਪਲਾਈ ਕਰ ਸਕਦੇ ਆ ਇਹਦੇ ਵਿੱਚ OBC ਨੂੰ ਵੈਸੇ ਰੈਲੈਕਸੇਸ਼ਨ ਵੀ ਦਿੱਤਾ ਜਾ ਰਿਹਾ ਹੈ OBC ਨੂੰ 3 ਸਾਲ ਦਾ ਮਤਲਬ 30 ਸਾਲ ਤੱਕ ਅਪਲਾਈ ਕਰ ਸਕਦੇ ਨੇ ਇਸ ਤੋਂ ਇਲਾਵਾ SC ST ਨੂੰ 5 ਸਾਲ ਦਾ ਰੈਲੈਕਸੇਸ਼ਨ ਬਾਕੀ ਅਦਰਸ ਨੂੰ ਅਦਰ ਰਿਲੈਕਸੇਸ਼ਨ ਦਿੱਤਾ ਗਿਆ ਹੈ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ ਆਖਰੀ ਤਰੀਕ ਅਪਲਾਈ ਕਰਨ ਦੀ 21 ਮਾਰਚ 2021 ਹੈ ਜੋ ਕਿ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਵੀ ਕਲੀਅਰ ਕੀਤਾ ਹੈ ਉਸ ਤੋਂ ਬਾਅਦ ਲਿੰਕ ਤੁਸੀਂ ਦੇਖ ਸਕਦੇ ਆ ਲਾਸਟ ਦੇ ਵਿੱਚ ਇੰਪੋਰਟੈਂਟ ਲਿੰਕ ਹੈ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਲਿੰਕ ਦੇ ਦਿੱਤਾ ਹੈ SSC MTS ਰਿਕਰੂਟਮੈਂਟ 21 ਐਂਡ ਨੋਟੀਫਿਕੇਸ਼ਨ ਇਦੇ ਵਿੱਚ ਤੁਹਾਨੂੰ ਡਿਸਕ੍ਰਿਪਸ਼ਨ 'ਚ ਸੈਕਿੰਡ ਨੰਬਰ ਤੇ ਲਿੰਕ ਮਿਲ ਜੇਗਾ SSC MTS ਵਾਲੇ ਦੇ ਲਿੰਕ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਲਾਸਟ ਤੁਹਾਨੂੰ ਆ ਮਿਲਣਗੇ ਇੰਪੋਰਟੈਂਟ ਲਿੰਕ ਹੈ ਇੱਥੇ ਅਪਲਾਈ ਆਨਲਾਈਨ ਤੇ ਕਲਿੱਕ ਕਰਕੇ ਕਰ ਲੈਣਾ ਹੈ ਇਹ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਤੇ ਅਪਲਾਈ ਆਨਲਾਈਨ ਵਾਸਤੇ ਮੈਂ ਤੁਹਾਡੇ ਵਾਸਤੇ ਇੱਕ ਵੀਡੀਓ ਬਣਾਈ ਹੈ ਉੱਪਰ ਆਈ ਬਟਨ ਤੇ ਤੁਹਾਨੂੰ ਲਿੰਕ ਮਿਲ ਜੇਗਾ ਤੇ ਕਮੈਂਟ ਸੈਕਸ਼ਨ ਜਿਵੇਂ ਮੈਂ ਪਿੰਨ ਕਰ ਦਾਂਗੀ ਉਹ ਵੀਡੀਓ ਨੂੰ ਚੈੱਕ ਕਰਦੇ ਹੋਏ ਤੁਸੀਂ ਜ਼ਰੂਰ ਅਪਲਾਈ ਕਰਨਾ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ